ਸਤ ਸਾਲ ਹਲੋ ਦੋਸਤੋ ਮੈਂ ਸ਼ੋਭਾ ਸ਼ਰਮਾ ਤੇ ਅੱਜ ਮੈਂ ਲੈ ਕੇ ਆਇਆ ਤੁਹਾਨੂੰ ਨਵੇਂ ਚਿਹਰੇ ਨਵੇਂ ਅੰਦਾਜ਼ ਨਵੀਆਂ ਦੋ ਪੇਟਾਂ ਜਿਨ੍ਹਾਂ ਦੇ ਵਿੱਚ ਪਹਿਲੀ ਪੇਟ ਮਾਂ ਪਾਰ ਲਗਾਉਂਦੀ ਹੈ ਜਿਨ੍ਹਾਂ ਦੇ ਰਾਈਟਰ ਬਲਦੇਵ ਰਾਹੀ ਜੀ ਤੇ ਦੂਜੀ ਪੇਟ ਜੈ ਜੈ ਅੰਬੇ ਜਿਨ੍ਹਾਂ ਦੇ ਰਾਈਟਰ ਸਹਿਬਾਨ ਸਤਨਾਮ ਚਾੜਕੀਆਂ ਵਾਲਾ ਜੀ ਤੇ ਤੁਸੀਂ ਜੁੜਿਓ ਸਾਡੇ ਪੀਬੀ ਫਿਲਮ ਯੂਨਿਟ ਚੈਨਲ ਦੇ ਨਾਲ ਤੇ ਸਾਡੇ ਫੇਸਬੁਕ ਪੇਜ ਦੇ ਨਾਲ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਡਾਇਰੈਕਟਰ ਸਾਹਿਬ ਨਾਲ ਮਿਲਾਵਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਿੰਗਰ ਸਹਿਬਾਨ ਨਾਲ ਮਿਲਾਉਣਾ ਚਾਹੁੰਦਾ ਜਿਨ੍ਹਾਂ ਨੇ ਦੋ ਪੇਟਾਂ ਇਹਨਾਂ ਨੇ ਬੋਲੀਆਂ ਕਿ ਸਾਰਾ ਦਿਨ ਸਾਡੀ ਸ਼ੂਟਿੰਗ ਦੇ ਨਾਲ ਜੁੜੇ ਰਹੇ ਹੋ ਜਿਨ੍ਹਾਂ ਦੇ ਸਿੰਗਰ ਸਹਿਬਾਨ ਦਲਜੀਤ ਬੱਗਾ ਜੀ ਚਾੜ ਕੇ ਲੋਹਾਰਾਂ ਤੋਂ ਇਹਨਾਂ ਨੂੰ ਮੈਂ ਪੁੱਛਦਾ ਕਿ ਤੁਹਾਨੂੰ ਸ਼ੂਟਿੰਗ ਅੱਜ ਦੀ ਸਾਡੀ ਕਿੱਦਾਂ ਦੀ ਲੱਗੀ ਸਭ ਤੋਂ ਪਹਿਲਾਂ ਤੇ ਪੀਪੀ ਫਿਲਮ ਜੁਨਤ ਨੂੰ ਮੈਂ ਧੰਨਵਾਦ ਕਰਦਾ ਹਾਂ ਜੋ ਕਿ ਬਹੁਤ ਹੀ ਅੱਛੇ ਢੰਗ ਦੇ ਨਾਲ ਇਹਨਾਂ ਨੇ ਸਾਡੀਆਂ ਦੋ ਪੇਟਾਂ ਦੀ ਸ਼ੂਟਿੰਗ ਨੂੰ ਮੁਕੰਮਲ ਕੀਤਾ ਹੈ ਤੇ ਇਹਦੋਂ ਧੰਵਾਦੀ ਹਾਂ ਇਹਨਾਂ ਦਾ ਔਰ ਸਾਡੇ ਸਾਰੇ ਹੀ ਸਾਥੀਆਂ ਨੇ ਬਹੁਤ ਸਹਿਯੋਗ ਦੇ ਕੇ ਸਾਡਾ ਸਾਥ ਦੇ ਕੇ ਦੋ ਪੇਟਾਂ ਮਾਂ ਪਾਰ ਲੰਗਾਉਂਦੀ ਹੈ ਔਰ ਜੈ ਜੈ ਅੰਬੇ ਜੈ ਜੈ ਅੰਬੇ ਇਹਨਾਂ ਪੇਟਾਂ ਨੂੰ ਬਹੁਤ ਸਾਰਾ ਇਹਨਾਂ ਨੇ ਮੁਕੰਮਲ ਕੀਤਾ ਹੈ ਔਰ ਬਹੁਤ ਹੀ ਮਿਹਨਤ ਦੇ ਮਗਰੋਂ ਸ਼ੂਟਿੰਗ ਸਾਰੀ ਮੁਕੰਮਲ ਕਰਕੇ ਤੇ ਇਹਨਾਂ ਨੇ ਸਾਨੂੰ ਫ੍ਰੀ ਕੀਤਾ ਹੈ ਮੈਂ ਇਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦੀ ਹਾਂ ਸ਼ੁਕਰਗੁਜ਼ਾਰ ਹਾਂ ਜੀ ਧੰਨਵਾਦ ਧੰਨਵਾਦ ਦਲਜੀਤ ਬੱਗਾ ਜੀ ਇੰਟਰਨੈਸ਼ਨਲ ਸਿੰਗਰ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਦਲਜੀਤ ਬਗਦਾ ਜੀ ਜਿਹੜੇ ਬੜੇ ਪੁਰਾਣੇ ਸਿੰਗਰ ਆ ਹੁਣ ਮੈਂ ਤੁਹਾਨੂੰ ਸਾਡੇ ਡਾਇਰੈਕਟਰ ਸਾਹਿਬ ਪੀਬੀ ਫਿਲਮ ਯੂਨਿਟ ਚੈਨਲ ਦੇ ਡਾਇਰੈਕਟਰ ਸਾਹਿਬ ਪੀਬੀ ਪਿੱਲੂ ਜੀ ਇਹਨਾਂ ਨੂੰ ਪੁੱਛਣਾ ਚਾਹਣਾ ਇਹਨਾਂ ਤੋਂ ਜਾਣਕਾਰੀ ਲਵਾਂਗਾ ਲਓ ਜੀ ਡਾਇਰੈਕਟਰ ਸਾਹਿਬ ਤੁਸੀਂ ਦੱਸੋ ਕਿ ਤੁਸੀਂ ਡਾਇਰੈਕਸ਼ਨਸ ਦਿੰਦੇ ਹੋ ਤੁਸੀਂ ਬਹੁਤ ਵੱਡਾ ਤੁਹਾਡੇ ਚਾਰਟ ਆ ਪਰਮਾਤਮਾ ਨੇ ਬੜਾ ਵੱਡਾ ਸਮੁੰਦਰ ਬਖਸ਼ਿਆ ਆ ਤੁਸੀਂ ਕੀ ਕਹਿਣਾ ਚਾਹੋਗੇ ਧੰਨਵਾਦ ਜੀ ਮੈਂ ਕਰਦਾ ਸਾਰੇ ਦਰਸ਼ਕਾਂ ਦਾ ਸਾਰੇ ਆਪਣੇ ਇਸ ਟੀਮ ਨੂੰ ਚਾਹਣ ਵਾਲਿਆਂ ਦਾ ਸੋ ਅੱਜ ਸ਼ਿਵ ਸ਼ਰਮਾ ਸਾਹਿਬ ਜੀ ਅਸੀਂ ਦੋ ਭਜਨ ਇਹ ਮਾਤਾ ਦੀਆਂ ਭੇਟਾਂ ਵੀ ਕਹਿ ਸਕਦੇ ਹਾਂ ਸ਼ੂਟ ਕੀਤੀਆਂ ਦਲਜੀਤ ਪੱਗਾ ਜੋ ਸਾਡੇ ਬਹੁਤ ਹੀ ਵਧੀਆ ਸਿੰਗਰ ਹੈ ਤੇ ਇਸ ਵੀਰ ਤੋਂ ਇਹ ਸ਼ੂਟਿੰਗ ਚੱਲਦੀ ਸੀ ਤੇ ਸਰ ਜੀ ਮੈਂ ਇੱਕ ਡਾਇਰੈਕਟਰ ਹੋਣ ਦੇ ਨਾਤੇ ਵਿੱਚ ਇਹ ਮਹਿਸੂਸ ਕੀਤਾ ਕਿ ਇਹਨਾਂ ਦੇ ਵਿੱਚ ਇੱਕ ਬਹੁਤ ਹੀ ਟੈਲੈਂਟ ਹੈ ਵਧੀਆ ਗਾਉਣ ਦਾ ਤੇ ਇਹਨਾਂ ਨੇ ਡਾਇਰੈਕਸ਼ਨ ਤੋਂ ਮੇਰੀ ਤੋਂ ਅਲਾਵਾ ਵੀ ਆਪਣੇ ਕੋਲੋਂ ਬਹੁਤ ਕੁਝ ਕਰਕੇ ਦਿਖਾਇਆ ਤੋਂ ਸਾਡੇ ਦਰਸ਼ਕਾਂ ਨੂੰ ਉਮੀਦ ਹੈ ਕਿ ਤੁਸੀਂ ਵੱਧ ਤੋਂ ਵੱਧ ਇਸ ਗਾਣੇ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਮੈਂ ਅੱਜ ਇੰਨਾ ਹੀ ਕਹਾਂਗਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਪੀਬੀ ਯੂਨਿਟ ਫਿਲਮ ਯੂਨਿਟ ਚੈਨਲ ਤੋਂ ਡਾਇਰੈਕਟਰ ਸਾਹਿਬ ਪੀਬੀ ਪਿੱਲੂ ਜੀ ਤੇ ਸਾਡੀ ਪਹਿਲੀ ਪੇਟ ਜਿਹੜੀ ਬਲਦੇਵ ਰਾਹੀ ਜੀ ਨੇ ਲਿਖੀ ਭੋਗਪੁਰ ਤੋਂ ਤੇ ਦੂਜੀ ਪੇਟ ਦੇ ਰਾਈਟਰ ਸਹਿਬਾਨ ਸਤਨਾਮ ਚਾੜਕਿਆਂ ਵਾਲਾ ਜੀ ਉਹ ਸਾਡੇ ਮੌਜੂਦ ਹੈ ਸਾਡੇ ਚੈਨਲ ਨਾਲ ਜੁੜੇ ਆ ਸਤਨਾਮ ਚੜ੍ਹਕਿਆਂ ਵਾਲਾ ਜੀ ਤੁਸੀਂ ਦੱਸੋ ਤੁਹਾਡੀ ਕੀ ਸੋਚ ਆਈ ਤੁਸੀਂ ਇੰਨੀ ਅੱਛੀ ਪੇਟ ਲਿਖੀ ਔਰ ਤੁਹਾਨੂੰ ਜਿਹੜੀ ਇਸ ਪੇਟ ਨੂੰ ਇੰਟਰਨੈਸ਼ਨਲ ਸਿੰਗਰ ਦਲਜੀਤ ਬੱਗਾ ਜੀ ਨੇ ਬੋਲਿਆ ਸਤਨਾਮ ਚੜ੍ਹਕਿਆਂ ਵਾਲਾ ਜੀ ਤੁਸੀਂ ਆਪਣੇ ਚਾਨਣਾ ਪਾਓ ਸਭ ਤੋਂ ਪਹਿਲਾਂ ਜੇ ਪੀ ਵੀ ਪਿੱਲੂ ਸਾਹਿਬ ਤੇ ਬਰਿੰਦਰ ਬਿੰਦਾ ਜੀ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਜੀ ਜਿਨ੍ਹਾਂ ਨੇ ਅੱਜ ਦੋ ਮਹਾਮਈ ਦੇ ਭਜਨ ਬਹੁਤ ਹੀ ਹਿੱਤ ਨੂੰ ਮਨੋ ਮੇਂਤ ਦੇ ਨਾਲ ਅੱਜ ਸ਼ੂਟ ਕੀਤੇ ਤੇ ਬਹੁਤ ਹੀ ਵਧੀਆ ਚਾਰਚਨ ਲਾਏ ਏ ਭੇਟਾਂ ਜੀ ਭਗਤਾਂ ਦਾ ਵੱਲੋਂ ਮਾਹ ਦੇ ਦਰਬਾਰ ਤੇ ਹਾਜ਼ਰੀ ਲਵਾਉਣ ਦੀ ਇੱਕ ਸ਼ਰਧਾ ਪ੍ਰਗਟਾਈ ਗਈ ਆ ਜੀ ਉਸ ਵੇਸ ਤੇ ਲਿਖੀ ਆ ਜਿਸ ਨੂੰ ਆਵਾਜ਼ ਦਿੱਤੀ ਬਲੰਦ ਆਵਾਜ਼ ਦੇ ਮਾਲਕ ਦਲਜੀਤ ਬੱਗਾ ਜੀ ਨੇ ਤੇ ਆਸ ਕਰਦਾ ਕਿ ਤੁਹਾਨੂੰ ਇਹ ਭਜਨ ਬਹੁਤ ਪਸੰਦ ਆਊਗੇ ਤੇ ਇਨਾਂ ਹੀ ਕਹਿੰਦਾ ਜੀ ਥੈਂਕ ਯੂ ਜੀ ਤਦਤ ਬਹੁਤ ਬਹੁਤ ਧੰਨਵਾਦ ਸਤਨਾਮ ਚੜਕੀਆਂ ਵਾਲਾ ਜੀ ਤੁਸੀਂ ਬਹੁਤ ਅੱਛੇ ਰਾਈਟਰ ਹੋ ਬੜੀ ਕਲਮ ਤੁਹਾਡੀ ਬੁਲੰਦ ਹੈ ਬੜੇ ਬੜੇ ਅੱਛੇ ਰਾਈਟਰ ਬੜੇ ਬੜੇ ਅੱਛੇ ਸਿੰਗਰਾਂ ਨੇ ਤੁਹਾਡੇ ਜਿਹੜੀ ਕਲਮ ਨੂੰ ਸਲਾਮ ਕੀਤਾ ਹੈ ਤੇ ਸਾਡੇ ਬਹੁਤ ਹੀ ਅੱਛੇ ਕੈਮਰਾਮੈਨ ਬਰਿੰਦਰ ਬਿੰਦਾ ਜੀ ਜਿਹੜੇ ਇੰਨੇ ਅੱਛੇ ਆਰਟਿਸਟ ਆ ਕਿ ਕੈਮਰੇ ਦੇ ਵਿੱਚ ਜਾਨ ਪਾਉਣਾ ਕੈਮਰਾਮੈਨ ਜੇ ਤੁਹਾਡਾ ਅੱਛਾ ਹੋਵੇ ਤੇ ਫਿਲਮ ਦੇ ਵਿੱਚ ਸ਼ੂਟਿੰਗ ਦੇ ਵਿੱਚ ਜਾਨ ਪੈ ਜਾਂਦੀ ਆ ਮੈਂ ਇਨਾ ਹੀ ਕਹਿੰਦਾ ਹੋਇਆ ਮੈਂ ਦੋਸਤੋ ਮੈਂ ਇਹ ਬੇਨਤੀ ਕਰਦਾ ਕੇ ਸਾਡੀਆਂ ਇਹਨਾਂ ਦੋਨਾਂ ਪੇਟਾਂ ਨੂੰ ਤੁਸੀਂ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਧੰਨਵਾਦ ਮੈਸ਼ੂਬ ਸ਼ਰਮਾ ਪੀਵੀ ਫਿਲਮ ਯੂਨਿਟ ਚੈਨਲ ਤੋਂ ਧੰਨਵਾਦ